ਅਸੀਂ ਖੜਿਆ ਸੰਗਰੂਰ ਦੇ ਬਰਨਾਲਾ ਕੈਂਚੀਆਂ ਵਿੱਚ ਜਿੱਥੇ ਕਿਸਾਨ ਅੰਦੋਲਨ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ 3 ਘੰਟਿਆਂ ਦੇ ਲਈ। ਸਾਡੇ ਨਾਲ ਜ਼ਮੀਨ ਸੰਘਰਸ਼ੀ ਪ੍ਰਾਪਤੀ ਕਮੇਟੀ ਦੇ ਪ੍ਰਧਾਨ ਮੌਜੂਦ ਨੇ, ਇਹਨਾਂ ਨਾਲ ਕਰਦੇ ਹਾਂ ਵਿਸ਼ੇਸ਼ ਗੱਲਬਾਤ। ਤੁਸੀਂ ਅੱਜ ਅੰਦੋਲਨ 'ਚ ਪਹੁੰਚੇ ਹੋ ਕਿ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਆਈ ਹੈ ਤੁਹਾਡੀ? ਬਿਲਕੁਲ, ਅਸੀਂ ਮਜ਼ਦੂਰਾਂ ਦੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹਦੇ ਵੱਲੋਂ ਕਿਸਾਨ ਮੋਰਚੇ ਦੀ ਦਿੱਲੀ ਦੇ ਵਿੱਚ ਵੀ ਹਮਾਇਤ ਕੀਤੀ ਆ, ਅਤੇ ਇੱਥੇ ਵੀ ਜਿਹੜਾ ਪੂਰੇ ਦੇਸ਼ ਦੇ ਵਿੱਚ ਚੱਕਾ ਜਾਮ ਦਾ ਜਿਹੜਾ ਸੱਦਾ ਸੰਯੁਕਤ ਮੋਰਚੇ ਵੱਲੋਂ ਉਹਦੀ ਹਮਾਇਤ ਦੇ ਵਿੱਚ ਸੈਂਕੜੇ ਮਜ਼ਦੂਰ ਲੈ ਕੇ ਜਿਹੜੇ ਅੱਜ ਦੇ ਇਸ ਚੱਕਾ ਜਾਮ ਦੇ ਵਿੱਚ ਪਹੁੰਚੇ ਆ। ਕਿੱਥੋਂ ਤੱਕ ਸੰਘਰਸ਼ ਤੁਹਾਨੂੰ ਲੱਗਦਾ ਹੈ ਚੱਲਦਾ ਰਹੇਗਾ? ਦੇਖੋ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ, ਇਹ ਸੰਘਰਸ਼ ਨੇ ਅੱਗੇ ਵਧਣਾ। ਇਹਨੂੰ ਮੋਦੀ ਸਰਕਾਰ ਦੀਆਂ ਨਾ ਤਾਂ ਕਿੱਲਾਂ ਨੇ ਰੋਕਣਾ, ਨਾ ਹੀ ਉਹਦੇ ਜਿਹੜੇ ਦਬਦਬੇ, ਜਿਹੜਾ 26 ਜਨਵਰੀ ਨੂੰ ਉਹਨੇ ਗੇਮ ਖਿਲਾ ਕੇ ਇਸ ਸੰਘਰਸ਼ ਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਸੰਘਰਸ਼ ਅੱਜ ਫੇਰ ਮੁੜ ਲੀਹਾਂ 'ਤੇ ਆ। ਅਤੇ ਅੱਜ ਦਾ ਜਿਹੜਾ ਚੱਕਾ ਜਾਮ ਆ, ਇਹ ਉਸ ਗੱਲ ਦਾ ਜਵਾਬ ਆ ਵੀ ਪੂਰੇ ਦੇਸ਼ ਦੇ ਕਿਸਾਨ ਨੇ ਜਿਹੜੇ ਇਕਜੁੱਟ ਨੇ, ਮੋਦੀ ਦੀਆਂ ਚਾਲਾਂ ਨੇ ਜਿਹੜੀਆਂ ਉਹ ਕਿਸੇ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਣਗੇ। ਕਿੰਨਾ ਟਾਈਮ ਤੱਕ ਦਿੱਲੀ ਤੁਸੀਂ ਜੋ ਤੁਹਾਡੀ ਪਾਰਟੀ ਹੈ ਕਿਸਾਨਾਂ ਦੇ ਹੱਕ ਵਿੱਚ ਨਿਤਰਦੀ ਰਹੇਗੀ? ਦੇਖੋ, ਪਹਿਲੇ ਦਿਨ ਤੋਂ ਹੀ ਜਦੋਂ ਤੋਂ ਰੇਲਾਂ ਜਾਮ ਦਾ ਚੱਕਾ ਸੀ, ਭਾਵੇਂ ਪੰਜਾਬ ਬੰਦ ਦਾ ਚੱਕਾ ਸੀ, ਉਦੋਂ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਸ ਸੰਘਰਸ਼ ਨਾਲ ਜੁੜੀ ਹੋਈ ਆ। ਅੱਜ ਵੀ ਸਾਡਾ ਪੱਕਾ ਟੈਂਟ ਆ ਜਿਹੜਾ ਉਹ ਦਿੱਲੀ ਸਿੰਘੂ ਮੋਰਚੇ ਦੇ ਉੱਤੇ ਲੱਗਿਆ ਹੋਇਆ, ਅਤੇ ਲਗਾਤਾਰ ਪਿੰਡਾਂ ਦੇ ਵਿੱਚੋਂ ਜਥੇ ਦੇ ਜਥੇ ਜਿਹੜੇ ਨੇ ਉਹ ਸੰਘਰਸ਼ ਦੀ ਮੈਚ ਜਾ ਰਹੇ ਨੇ। ਔਰ ਜਦੋਂ ਕਿਤੇ ਵੱਡਾ ਸੱਦਾ ਆਇਆ ਵੀ ਮੋਦੀ ਨਾਲ ਸਿੱਧਾ ਵੱਜਣ ਦੀ ਗੱਲ ਹੋਊਗੀ, ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁਬਾਰਾ ਮਜ਼ਦੂਰ ਨੇ ਜਿਹੜੇ ਉਹ ਤਿਆਰੀ ਕਰਕੇ ਜਾਣਗੇ। ਅੱਜ ਲਗਾਤਾਰ ਉਸ ਸੰਘਰਸ਼ ਦੇ ਵਿੱਚ ਜਿਹੜਾ ਪਹਿਰਾ ਵੀ ਦੇ ਰਹੇ ਹਾਂ, ਅਤੇ ਜਦੋਂ ਤੱਕ ਜਿੱਤ ਨਹੀਂ ਹੁੰਦੀ ਉਦੋਂ ਤੱਕ ਇਹ ਸੰਘਰਸ਼ ਦੇ ਨਾਲ ਰਹਾਂਗੇ। ਮੋਦੀ ਸਰਕਾਰ ਕਿਸਾਨਾਂ ਨਾਲ ਅਤੇ ਵੱਖ ਵੱਖ ਜਥੇਬੰਦੀਆਂ ਨਾਲ ਜੋ ਵਤੀਰਾ ਕਰ ਰਿਹਾ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਉਹ ਫਾਸ਼ਿਸਟ ਗੌਰਮੈਂਟ ਆ, ਉਹਨਾਂ ਨੂੰ ਲੋਕਾਂ ਦਾ ਦਰਦ ਆ ਜਿਹੜਾ ਸਮਝ ਨਹੀਂ ਆ ਰਿਹਾ। ਉਹ ਸਿਰਫ ਆਪਦੇ ਉਸ ਸੱਤਾ ਦੇ ਨਸ਼ੇ ਦੇ ਵਿੱਚ ਅਤੇ ਹਿੰਦੂਵਾਦੀ ਜਿਹੜਾ ਏਜੰਡਾ ਉਹਨੂੰ ਲਾਗੂ ਕਰਨ ਦੇ ਲਈ ਉਹ ਲੱਗੇ ਹੋਏ ਨੇ, ਪਰ ਉਹਨਾਂ ਦਾ ਇਹ ਏਜੰਡਾ ਲੋਕ ਨੇ ਜਿਹੜੇ ਕਾਮਯਾਬ ਨਹੀਂ ਹੋਣ ਦੇਣਗੇ, ਕਿਉਂਕਿ ਦੇਸ਼ ਆ ਜਿਹੜਾ ਉਹ ਸਾਰੇ ਧਰਮਾਂ ਦੇ ਲੋਕਾਂ ਦਾ, ਸਾਰੇ ਤਰ੍ਹਾਂ ਦੇ ਲੋਕਾਂ ਦਾ। ਔਰ ਅੱਜ ਉਹ ਸਿੰਘੂ ਅਤੇ ਟਿਕਰੀ ਬਾਰਡਰ ਇਸ ਗੱਲ ਦਾ ਚਿੰਨ੍ਹ ਬਣ ਕੇ ਵੀ ਉੱਭਰੇ ਨੇ, ਜਿੱਥੇ ਹਰ ਧਰਮ ਦੇ, ਹਰ ਜਾਤ ਦੇ, ਹਰ ਰੰਗ ਦੇ ਲੋਕ ਨੇ ਜਿਹੜੇ ਉਸ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ। ਔਰ ਇਹ ਅਸਲ ਦੇਸ਼ ਆ, ਪਰ ਉਹ ਜਿਹੜੇ ਭਗਵੇਂ ਦੇ ਵਿੱਚ ਮੋਦੀ ਰੰਗਣਾ ਚਾਹੁੰਦਾ, ਉਸ ਰੰਗਾਂ ਦੇ ਵਿੱਚ ਇਹ ਲੋਕ ਕਦੇ ਨਹੀਂ ਰੰਗਣ ਦੇਣਗੇ, ਔਰ ਇਹ ਮੋਦੀ ਨੂੰ ਜਿਹੜਾ ਸਬਕ ਸਿਖਾ ਕੇ ਜਿਹੜਾ ਲੋਕ ਆ ਉਹ ਵਾਪਸ ਆਉਣਗੇ। ਇਹ ਸਨ ਸਾਡੇ ਨਾਲ ਮੁਕੇਸ਼ ਮਲੋਦ, ਜ਼ਮੀਨ ਸੰਘਰਸ਼ੀ ਪ੍ਰਾਪਤੀ ਕਮੇਟੀ ਜ਼ਿਲ੍ਹਾ ਪ੍ਰਧਾਨ ਸੰਗਰੂਰ ਤੋਂ ਮਨੋਜ ਸ਼ਰਮਾ ਦੀ ਰਿਪੋਰਟ। ਜੇਕਰ ਤੁਸੀਂ ਦਰ ਦਰ ਦੀਆਂ ਠੋਕਰਾਂ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤਾਂ ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਮਹਾਕਾਲੀ ਜੋਤਿਸ਼ ਕੇਂਦਰ ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ। ਜੇਕਰ ਤੁਹਾਡਾ ਪਤੀ ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਘਬਰਾਓ ਨਾ, ਮਹਾਕਾਲੀ ਜੋਤਿਸ਼ ਕੇਂਦਰ ਕੋਲ ਆਓ ਅਤੇ ਆਪਣੀ ਹਰ ਸਮੱਸਿਆ ਤੋਂ ਛੁਟਕਾਰਾ ਪਾਓ। ਵਸ਼ੀਕਰਨ ਸਪੈਸ਼ਲਿਸਟ, ਲਵ ਮੈਰਿਜ ਕੋਰਟ ਕਚਹਿਰੀ ਵਿੱਚ ਜਿੱਤ, ਵਿਦੇਸ਼ ਯਾਤਰਾ ਕਰਜ਼ੇ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਕਾਰੋਬਾਰ ਵਿੱਚ ਘਾਟਾ, ਲਾਟਰੀ ਨੰਬਰ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਦਿ ਹਰ ਸਮੱਸਿਆ ਦਾ ਹੱਲ 100% ਗਰੰਟੀ ਨਾਲ। ਤੁਸੀਂ ਰੋਂਦੇ ਹੋਏ ਆਓਗੇ ਅਤੇ ਹੱਸਦੇ ਹੋਏ ਜਾਓਗੇ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ, ਤਾਂ ਫਿਰ ਸੋਚਣਾ ਛੱਡੋ, ਅੱਜ ਹੀ ਆਓ ਮਹਾਕਾਲੀ ਜੋਤਿਸ਼ ਕੇਂਦਰ। ਮੋਬਾਈਲ ਨੰਬਰ 70079 48 870।